ਹੈਲੋ ਰਸ਼ੀਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੂਸ਼ੈਂਟ ਜੀਕੇ ਦਾ ਪਾਰਟ 16 ਲੈ ਕੇ حاضر ਹੋਏ ਹਾਂ ਇਸ ਕਲਾਸ ਦੇ ਵਿੱਚ ਆਪਾਂ ਲੂਸ਼ੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ ਐਮਸੀਕਿਊ ਡਿਸਕਸ ਕਰਨ ਜਾ ਰਹੇ ਹਾਂ ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਇਸ ਤੋਂ ਪਹਿਲਾਂ ਆਪਣੇ ਲੂਸ਼ੈਂਟ ਜੀਕੇ ਦੇ 15 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ ਐਮਸੀਕਿਊ ਡਿਸਕਸ ਕੀਤੇ ਨੇ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਮਾਨੂੰ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਤੁਸੀਂ ਜਾ ਕੇ ਦੇਖ ਲੈਣਾ ਆਦਰਵਾਇਜ਼ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਪਲੇਲਿਸਟ ਦੇ ਵਿੱਚ ਜਾਓ ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੇ ਮਿਲ ਜਾਣਗੀਆਂ ਜਾ ਕੇ ਦੇਖ ਸਕਦੇ ਹੋ ਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਜੇਕਰ ਤੁਸੀਂ ਚਾਹੋ ਨਿ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ ਅੱਜ ਦਾ ਜੋ ਆਪਣਾ ਸੈਸ਼ਨ ਹੈ ਇਸ ਸੈਸ਼ਨ ਦੇ ਵਿੱਚ ਆਪਾਂ ल्यूसेंट स्टैटिक जीके ਦੇ ਮੋਸਟ ਇੰਪੋਰਟੈਂਟ एमसीक्यू ਡਿਸਕਸ ਕਰਨ ਜਾ ਰਹੇ ਹਾਂ ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਤੁਹਾਡੀ ਪੋਲੀਟੀ ਹਿਸਟਰੀ ਜੀਓਗ੍ਰਾਫੀ ਕਵਰ ਕਰਨ ਤੋਂ ਪਹਿਲਾਂ ਤੁਹਾਡੀ ਸਟੈਟਿਕ ਜੀਕੇ ਜਿਹੜੀ ਹੋ ਕਵਰ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਟੈਟਿਕ ਜੀਕੇ ਦੇ ਕੁਐਸਚਨ ਹਰ ਵਾਰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਜੀਕੇ ਦੀ ਤਿਆਰੀ ਕਿਸੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਦੇ ਲਈ ਤੁਸੀਂ ਪਹਿਲਾਂ ਜੀਕੇ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਸਟੈਟਿਕ ਜੀਕੇ ਆਪਣੀ ਕਵਰ ਕਰੋ ਤੇ ਫਿਰ ਤੁਸੀਂ ਅੱਗੇ ਆਪਣੇ ਫਰਦਰ ਜਿਹੜੇ ਸਬਜੈਕਟ ਨੇ ਪੋਲੀਟੀ ਹਿਸਟਰੀ ਜੀਓਗ੍ਰਾਫੀ ਉਹ ਡਿਟੇਲ ਦੇ ਵਿੱਚ ਪੜੋ ਠੀਕ ਹੈ ਜੀ ਤਾਂ ਸਟੈਟਿਕ ਜੀਕੇ ਤੁਹਾਡਾ ਇੱਕ ਬਹੁਤ ਇੰਪੋਰਟੈਂਟ ਪੱਖ ਹੈ ਜੇਕਰ ਤੁਸੀਂ ਜੀਕੇ ਦੇ ਵਿੱਚ ਮਾਹਰ ਬਣਨਾ ਚਾਹੁੰਦੇ ਹੋ ਠੀਕ ਹੈ ਜੀ ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ ਦੀ ਇੰਗਲਿਸ਼ ਇਸਟੈਬਲਿਸ਼ਡ देयर ਫਰਸਟ ਫੈਕਟਰੀ ਐਟ ਜਦੋਂ ਆਪਾਂ ਅੰਗਰੇਜ਼ਾਂ ਬਾਰੇ ਪੜ੍ਹਦੇ ਆਂ ਠੀਕ ਹੈ ਜੀ ਤਾਂ ਆਪਣੇ ਸਿਰਫ ਇੰਗਲੈਂਡ ਤੋਂ ਅੰਗਰੇਜ਼ ਨਹੀਂ ਆਏ ਸੀ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਏ ਸੀਗੇ ਪੁਰਤਗਾਲੀ ਇਹਨੂੰ ਆਪਾਂ ਪੋਰਟੂਗੀਜ਼ ਕਹਿੰਦੇ ਆ ਠੀਕ ਹੈ ਜੀ ਫਿਰ ਆਈ ਸੀ ਆਪਣੇ ਡੱਚ ਫਿਰ ਆਪਣੇ ਇੰਗਲਿਸ਼ ਆਈ ਸੀ ਤੇ ਫਿਰ ਆਪਣੇ ਫ੍ਰੈਂਚ ਆਏ ਸੀ ਠੀਕ ਹੈ ਜੀ ਤਾਂ ਪੁਰਤਗਾਲੀ ਆਪਣੇ ਆਏ ਸੀ 1498 ਦੇ ਵਿੱਚ 1498 ਦੇ ਵਿੱਚ ਆਇਆ ਸੀ ਆਪਣੇ ਵਾਸਕੋ ਡੀ ਗਾਮਾ ਡੱਚ ਆਏ ਸੀਗੇ ਆਪਣੇ 1602 ਦੇ ਵਿੱਚ ਇਸ ਤੋਂ ਬਾਅਦ ਆਪਣੀ ਇੰਗਲਿਸ਼ ਈਸਟ ਇੰਡੀਆ ਕੰਪਨੀ ਜਿਹੜੀ ਆਪਣੇ ਆਈ ਸੀ 1600 8 ਈਸਵੀ ਦੇ ਵਿੱਚ ਤੇ ਸਭ ਤੋਂ ਲਾਸਟ ਤੇ ਆਪਣੇ ਜਿਹੜੇ ਫਰੈਂਚ ਆਏ ਸੀ ਤਾਂ ਫਰੈਂਚ ਜਿਹੜੇ ਆਪਣੇ ਆਏ ਸੀ ਉਹ ਆਈ ਸੀ 1664 ਦੇ ਵਿੱਚ ਇਹ ਯਾਦ ਰੱਖਿਓ ਤੁਸੀਂ ਠੀਕ ਹੈ ਜੀ ਤਾਂ ਇਹ ਈਸਟ ਇੰਡੀਆ ਕੰਪਨੀਆਂ ਜਿਹੜੀਆਂ ਆਪਣੇ ਆਈਆਂ ਸੀ ਤਾਂ ਇੰਗਲਿਸ਼ ਈਸਟ ਇੰਡੀਆ ਕੰਪਨੀ ਬਾਰੇ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਆਇਆ ਸੀ 1608 ਈਸਵੀ ਦੇ ਵਿੱਚ ਕੌਣ ਆਇਆ ਸੀ ਕੈਪਟਨ ਹੌਕਿੰਸ ਆਇਆ ਸੀ ਠੀਕ ਹੈ ਜੀ ਤਾਂ 1608 ਈਸਵੀ ਦੇ ਵਿੱਚ ਆਇਆ ਸੀ ਜਿਹਨੂੰ ਕਿ ਸੂਰਤ ਦੇ ਵਿੱਚ ਫੈਕਟਰੀ ਲਾਉਣ ਤੋਂ ਮਨਜ਼ੂਰੀ ਨਹੀਂ ਮਿਲੀ ਸੀ ਉਸ ਟਾਈਮ ਤੇ ਜਹਾਂਗੀਰ ਦਾ ਜਿਹੜਾ ਟਾਈਮ ਆ ਉਹ ਚੱਲ ਰਿਹਾ ਸੀ ਉਸ ਤੋਂ ਬਾਅਦ 1600 13 ਈਸਵੀ ਦੇ ਵਿੱਚ ਆਇਆ ਸੀ ਆਪਣਾ ਸਰ ਥੋਮਸ ਰੋ ਜਿਹਨੂੰ ਕਿ ਫੈਕਟਰੀ ਲਗਾਉਣ ਦੀ ਮਨਜ਼ੂਰੀ ਆ ਜਿਹੜੀ ਉਹ ਮਿਲ ਗਈ ਸੀ ਠੀਕ ਹੈ ਜੀ ਇਹ ਕਿਤੇ ਕਿਤੇ 1600 13 ਵੀ ਐ 1611 ਵੀ ਮਤਲਬ ਦੇ ਦਿੰਦੇ ਨੇ ਠੀਕ ਹੈ ਜੀ ਤੁਸੀਂ ਕਨਫਿਊਜ਼ ਨਾ ਹੋਇਓ ਤਾਂ ਇਹ ਬਸ ਤੁਸੀਂ ਇਹ ਇਹਦੇ ird gird ਦੇ ਜਿਹੜਾ ਟਾਈਮ ਪੀਰੀਅਡ ਹੈ ਉਹ ਯਾਦ ਰੱਖਣਾ ਹੈ 1613 ਦੇ ਵਿੱਚ ਇਹ ਮਤਲਬ ਇਹਨੂੰ ਮਨਜ਼ੂਰੀ ਮਿਲ ਗਈ ਸੀ ਸਰ ਥਾਮਸ ਰੋ ਨੂੰ ਜਹਾਂਗੀਰ ਦੇ ਦਰਬਾਰ ਦੇ ਵਿੱਚ ਇਹ ਦੋਨੇ ਬੰਦੇ ਆਏ ਸੀ ਕੈਪਟਨ ਹੌਕਿੰਸ ਤੇ ਸਰ ਥਾਮਸ ਰੋ ਠੀਕ ਹੈ ਜੀ ਇਹਨਾਂ ਬਾਰੇ ਤੁਸੀਂ ਜਾਣਦੇ ਹੀ ਹੋ ਤਾਂ ਇੰਗਲਿਸ਼ ਨੇ ਇਹ ਆਪਾਂ ਨੂੰ ਪੁੱਛ ਰਿਹਾ ਕਿ ਇੰਗਲਿਸ਼ ਨੇ ਇਸਟੈਬਲਿਸ਼ ਆਪਣੀ ਜਿਹੜੀ ਫੈਕਟਰੀ ਉਹ ਕਿੱਥੇ ਕੀਤੀ ਸੀ ਕਿਉਂਕਿ ਜਿਹੜੇ ਇੰਗਲਿਸ਼ ਹੈਗੇ ਇੰਗਲੈਂਡ ਤੋਂ ਜਿਹੜੇ ਅੰਗਰੇਜ਼ ਆਏ ਸੀ ਇਹਨਾਂ ਨੇ ਆਪਣੇ ਤੇ ਰਾਜ ਕੀਤਾ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਇੱਕ ਟਰੇਡਰਸ ਦੇ ਥਰੂ ਆਏ ਸੀ ਮਤਲਬ ਕਿ ਵਪਾਰ ਕਰਨ ਆਏ ਸੀ ਇਹਨਾਂ ਦਾ ਇਹ ਮਕਸਦ ਨਹੀਂ ਸੀ ਕਿ ਅਸੀਂ ਇੱਥੇ ਰਾਜ ਕਰੀਏ ਤਾਂ ਹੌਲੀ ਹੌਲੀ ਜਦੋਂ ਇਹ ਆਪਣੇ ਐਡਮਿਨਿਸਟ੍ਰੇਟਿਵ ਮਤਲਬ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਆਪਣਾ ਉਹਦੇ ਵਿੱਚ ਜਦੋਂ ਇਹ ਦਾਖਲ ਹੋਏ ਤਾਂ ਇਹਨਾਂ ਨੇ ਆਪਣੇ ਪੈਰ ਪਸਾਰ ਲਏ ਤਾਂ 200 ਸਾਲ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਤੇ ਰਾਜ ਕੀਤਾ ਤਾਂ ਇਹ ਇੰਗਲਿਸ਼ ਬਾਰੇ ਪੁੱਛ ਲੈ ਪੁੱਛ ਰਹੇ ਨੇ ਠੀਕ ਹੈ ਜੀ ਜਿਹੜੀ ਕਿ ਈਸਟ ਇੰਡੀਆ ਕੰਪਨੀ ਕਦੋਂ ਬਣੀ ਸੀ 1600 ਦੇ ਵਿੱਚ ਬਣੀ ਸੀ ਠੀਕ ਹੈ ਜੀ 1600 ਦੇ ਵਿੱਚ ਇਹ ਬਣੀ ਸੀ ਤੇ 1608 ਦੇ ਵਿੱਚ ਪਹਿਲੀ ਵਾਰ ਕੈਪਟਨ ਹੌਕਿੰਸ ਆਪਣੇ ਆਇਆ ਸੀ ਤਾਂ ਇਹਨਾਂ ਨੇ ਜਿਹੜੀ ਫੈਕਟਰੀ ਲਾਈ ਸੀ ਆਨਸਰ ਨੰਬਰ 3 ਆਉਗੇ ਦਾ ਸੂਰਤ ਦੇ ਵਿੱਚ ਲਾਈ ਸੀ ਠੀਕ ਹੈ ਜੀ ਸੂਰਤ ਕਿੱਥੇ ਹੈ ਗੁਜਰਾਤ ਦੇ ਵਿੱਚ ਇਹ ਯਾਦ ਰੱਖਿਓ ਤੁਸੀਂ ਸਭ ਤੋਂ ਪਹਿਲੀ ਫੈਕਟਰੀ ਜਿਹੜੀ ਅੰਗਰੇਜ਼ਾਂ ਨੇ ਲਾਈ ਸੀ ਉਹ ਸੂਰਤ ਗੁਜਰਾਤ ਦੇ ਵਿੱਚ ਲਾਈ ਸੀ ਬਹੁਤ ਇੰਪੋਰਟੈਂਟ ਹੈ ਤੇ ਜਿਹੜੀ ਫਰੈਂਚਾਈਜ਼ ਸੀ ਇਹਨਾਂ ਨੇ ਵੀ ਸੂਰਤ ਦੇ ਵਿੱਚ ਹੀ ਲਾਈ ਸੀ ਫੈਕਟਰੀ ਤਾਂ ਇਹ ਤੁਸੀਂ ਯਾਦ ਰੱਖਣਾ ਸਭ ਤੋਂ ਪਹਿਲਾ ਜਿਹੜਾ ਆਪਸ਼ਨ ਹੈ ਆਪਣਾ ਮਸੂਲੀ ਪਟਨਮ ਠੀਕ ਹੈ ਜੀ ਮਸੂਲੀ ਪਟਨ ਮਤਲਬ ਜਿਹਨੇ ਫੈਕਟਰੀ ਲਾਈ ਸੀ ਉਹ ਸੀਗੀ ਆਪਣੇ ਡੱਚ ਜਿਹੜੀ ਡੱਚ ਇਸਟ ਇੰਡੀਆ ਕੰਪਨੀ ਆਈ ਸੀ ਇਹਨਾਂ ਨੇ ਮਸੂਲੀ ਪਟਨਮ ਮਸੂਲੀ ਪਟਨਮ ਕਿੱਥੇ ਆ ਆਂਧਰਾ ਪ੍ਰਦੇਸ਼ ਦੇ ਵਿੱਚ ਤਾਂ ਇੱਥੇ ਇਹਨਾਂ ਨੇ ਆਪਣੀ ਫੈਕਟਰੀ ਲਾਈ ਸੀ ਕੋਚੀਨ ਕਿੱਥੇ ਆਪਣਾ ਕੇਰਲਾ ਦੇ ਵਿੱਚ ਜਿੱਥੇ ਕਿ ਪੁਰਤਗਾਲੀ ਆਏ ਸੀ ਵਾਸਕੋ ਡੀਗਾਮਾ ਆਇਆ ਸੀ 1498 ਈਸਵੀ ਦੇ ਵਿੱਚ ਠੀਕ ਹੈ ਜੀ ਤਾਂ ਉਸ ਟਾਈਮ ਤੇ ਜਿਹੜਾ ਇੱਥੋਂ ਦਾ ਰਾਜਾ ਸੀ ਮਤਲਬ ਆਪਾਂ ਕਹਿੰਦੇ ਆ ਤਾਂ ਉਹ ਜ਼ੈਮੋਰਨ ਸੀ ਠੀਕ ਹੈ ਜੀ ਜ਼ੈਮੋਰਨ ਨੇ ਜ਼ੈਮੋਰਨ ਨੇ ਦਾ ਸਵਾਗਤ ਕੀਤਾ ਸੀ ਵਾਸਕੋ ਡੀ ਗਾਮਾ ਦਾ ਇਹ ਯਾਦ ਰੱਖਿਓ ਬਹੁਤ ਇੰਪੋਰਟੈਂਟ ਫੈਕਟ ਨੇ ਵਾਸਕੋ ਡੀ ਗਾਮਾ ਕਦੋਂ ਆਇਆ ਸੀ 1498 ਦੇ ਵਿੱਚ ਜਿਹੜੇ ਰਾਜ ਨੇ ਵਾਸਕੋ ਡੀ ਗਾਮਾ ਦਾ ਸਵਾਗਤ ਕੀਤਾ ਸੀ ਉਹਦਾ ਨਾਮ ਸੀ ਜ਼ੈਮੋਰਨ ਇਹ ਯਾਦ ਰੱਖਿਓ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਆਊਗਾ ਠੀਕ ਹੈ ਜੀ ਤਾਂ ਕੁਐਸਚਨ ਦੇ ਨਾਲ-ਨਾਲ ਆਪਾਂ ਇਹਦੇ ਨਾਲ ਜਿੰਨੇ ਵੀ ਰਿਲੇਟਡ ਆਪਸ਼ਨ ਨੇ ਉਹ ਵੀ ਆਪਾਂ ਮਤਲਬ ਡਿਸਕਸ ਕਰਦੇ ਆ ਤਾਂ ਸੈਸ਼ਨ ਨੂੰ ਤੁਸੀਂ ਐਂਡ ਤੱਕ ਜ਼ਰੂਰ ਬਣੇ ਰਹੋ ਕਿਉਂਕਿ ਇਹ ਇਹੋ ਜਿਹੇ ਕੁਐਸਚਨ ਨੇ ਜਿਹੜੇ ਤੁਹਾਨੂੰ ਵਾਰ-ਵਾਰ ਪੁੱਛੇ ਜਾਂਦੇ ਨੇ ਤੇ ਅੱਗੇ ਵੀ ਤੁਹਾਨੂੰ ਪੁੱਛੇ ਜਾਣਗੇ ਠੀਕ ਹੈ ਜੀ ਤਾਂ 1613 ਦੇ ਵਿੱਚ ਮਤਲਬ ਇਹਨਾਂ ਨੂੰ ਮਨਜ਼ੂਰੀ ਮਿਲ ਗਈ ਸੀ ਕਿਹਨੂੰ ਮਿਲੀ ਸੀ ਸਰ ਥੋਮਸ ਰੋ ਇਹ ਯਾਦ ਰੱਖਿਓ ਸਭ ਤੋਂ ਪਹਿਲਾਂ ਕੈਪਟਨ ਹੌਕਿੰਸ ਆਇਆ ਸੀ 1608 ਚ ਉਹਨੂੰ ਮਨਜ਼ੂਰੀ ਮਿਲੀ ਨਹੀਂ ਸੀ 1613 ਦੇ ਵਿੱਚ ਆਇਆ ਸੀ ਆਪਣਾ ਸਰ ਥੋਮਸ ਰੋ ਠੀਕ ਹੈ ਜੀ ਤਾਂ ਇਹ ਬੰਦੇ ਨੂੰ ਮਨਜ਼ੂਰੀ ਮਿਲ ਗਈ ਸੀ ਜਹਾਂਗੀਰ ਦੇ ਵੱਲੋਂ ਇਹ ਯਾਦ ਰੱਖਿਓ ਤੁਸੀਂ ਬਹੁਤ ਇੰਪੋਰਟੈਂਟ ਹੈ ਤਾਂ ਕਈ ਵਾਰੀ ਮੁਗਲ ਬਾਦਸ਼ਾਹ ਵੀ ਪੁੱਛ ਲੈਂਦੇ ਨੇ ਕਿ ਕਿਹੜਾ ਸੀ ਤਾਂ ਜਹਾਂਗੀਰ ਸੀ ਤਾਂ ਆਨਸਰ ਨੰਬਰ 3 ਆਉਗਲਾ ਜਿਹੜਾ ਆਪਣਾ ਕੁਐਸਚਨ ਹੈ ਯੰਗ ਇੰਡੀਆ ਤੇ ਹਰੀ ਜੰਦੇ ਸੰਪਾਦਕ ਕੌਣ ਸੀ Who was the editor of Young India and Horizon? ਸਭ ਤੋਂ ਪਹਿਲਾਂ ਤਾਂ ਇਹ ਨਿਊਜ਼ਪੇਪਰ ਨੇ ਠੀਕ ਹੈ ਜੀ ਨਿਊਜ਼ਪੇਪਰ ਚਲਾਏ ਹੋਏ ਨੇ ਇਹ ਤਾਂ ਇਹ ਮਤਲਬ ਜਦੋਂ ਆਪਣਾ ਆਜ਼ਾਦੀ ਦਾ ਦੌਰ ਆ ਜਿਹੜਾ ਉਹ ਚੱਲ ਰਿਹਾ ਸੀ ਉਸ ਟਾਈਮ ਤੇ ਇਹ ਨਿਊਜ਼ਪੇਪਰ ਚਲਾਏ ਗਏ ਤਾਂ ਬਹੁਤ ਇੰਪੋਰਟੈਂਟ ਨੇ ਇਹ ਇਹ ਨਿਊਜ਼ਪੇਪਰ ਆ ਜਿਹੜੇ ਇਹ ਮਤਲਬ ਜਿਹਦੇ ਦੁਆਰਾ ਲਿਖੇ ਗਏ ਤਾਂ ਉਹਨਾਂ ਉਹ ਸ਼ਖਸੀਅਤ ਦਾ ਨਾਮ ਹੈ ਮਹਾਤਮਾ ਗਾਂਧੀ ਠੀਕ ਹੈ ਜੀ ਇੰਡੀਆ ਦੇ ਵਿੱਚ ਲਿਖੇ ਸੀ ਇਹਨਾਂ ਨੇ ਇਹ ਮਹਾਤਮਾ ਗਾਂਧੀ ਇੰਡੀਆ ਕਦੋਂ ਆਏ ਸੀ 1915 ਦੇ ਵਿੱਚ ਠੀਕ ਹੈ ਜੀ 1915 ਈਸਵੀ ਦੇ ਵਿੱਚ ਇਹ ਮਤਲਬ ਆਪਣੇ ਇੰਡੀਆ ਆਏ ਸੀਗੇ ਤਾਂ ਇਹ ਤੁਸੀਂ ਯਾਦ ਰੱਖਣਾ ਕਦੋਂ ਆਈ ਸੀ 9 ਜਨਵਰੀ 1915 ਨੂੰ ਜਿਹੜੇ ਦਿਨ ਆਪਾਂ ਪ੍ਰਵਾਸੀ ਭਾਰਤੀ ਦੇਵਸ ਮਨਾਉਂਦੇ ਆ। ਤਾਂ ਮਹਾਤਮਾ ਗਾਂਧੀ ਦਾ ਅਨਸਰ ਆਊਗਾ। ਇਸ ਤੋਂ ਬਾਅਦ ਆਪਾਂ ਸਰੋਜਨੀ 나ਇਡੂ ਬਾਰੇ ਪੜ੍ਹਦੇ ਆ। ਤਾਂ ਇਹ ਫਰਸਟ ਫੀਮੇਲ ਗਵਰਨਰ ਆਫ ਇੰਡੀਆ ਠੀਕ ਹੈ ਜੀ। ਪਹਿਲੀ ਭਾਰਤੀ ਸੀ ਜਿਹੜੀ ਕਿ ਕਾਂਗਰਸ ਦਾ ਸੈਸ਼ਨ ਵੀ ਇਹਨਾਂ ਨੇ ਅਟੈਂਡ ਕੀਤਾ ਠੀਕ ਹੈ ਜੀ। ਜੇ ਤੁਹਾਨੂੰ ਪਹਿਲੀ ਔਰਤ ਵੈਸੇ ਪੁੱਛਿਆ ਕਿ ਪਹਿਲੀ ਫੀਮੇਲ ਉਹ ਕਿਹੜੀ ਸੀ ਜਿਨੇ ਕਾਂਗਰਸ ਦਾ ਸੈਸ਼ਨ ਅਟੈਂਡ ਕੀਤਾ ਤਾਂ ਉਹ ਸੀਗੀ ਆਪਣੀ ਐਨੀ ਬੇਸੈਂਟ ਐਨੀਬੈਸੈਂਟ ਕਿੱਥੋਂ ਆਈ ਸੀ ਆਇਰਲੈਂਡ ਤੋਂ ਆਈ ਸੀ ਇਹ ਆਇਰਿਸ਼ ਮਹਿਲਾ ਸੀ ਇੱਕ ਠੀਕ ਹੈ ਜੀ ਤਾਂ ਆਇਰਲੈਂਡ ਤੋਂ ਆਈ ਸੀ ਇਹ ਇਹਨੇ ਵੀ ਮਤਲਬ ਆਪਣੀ ਆਜ਼ਾਦੀ ਦੇ ਵਿੱਚ ਬਹੁਤ ਆਪਣਾ ਵੱਡਾ ਜਿਹੜਾ ਯੋਗਦਾਨ ਪਾਇਆ ਹੋਮ ਰੂਲ ਲੀਗ ਐਨੀਬੈਸੈਂਟ ਨੇ ਚਲਾਈ ਸੀ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਹੋਮ ਰੂਲ ਲੀਗ ਇਹਨਾਂ ਨੇ ਕਿੱਥੋਂ ਚਲਾਈ ਸੀ 1916 ਦੇ ਵਿੱਚ ਜਿਹੜੀ ਆਪਣੀ ਚੱਲੀ ਹੈ ਹੋਮ ਰੂਲ ਲੀਗ ਚੱਲੀ ਹੈ ਤਾਂ ਜਿਹੜੇ ਆਪਣੇ ਮੇਨ ਇਹਦੇ ਹੋਮ ਰੂਲ ਲੀਗ ਦੇ ਆਗੂ ਸੀਗੇ ਉਹ ਆਪਣੇ ਕੌਣ ਸੀ ਉਹ ਸੀਗੇ ਬਾਲ ਗੰਗਾਧਰ ਤਿਲਕ ਜਿਨ੍ਹਾਂ ਨੇ ਮਤਲਬ ਮਹਾਰਾਸ਼ਟਰ ਪੂਨੇ ਤੋਂ ਚਲਾਈ ਸੀ ਬਟ ਐਨੀਬਸੈਂਟ ਨੇ ਕਿੱਥੋਂ ਚਲਾਈ ਸੀ ਮਦਰਾਸ ਤੋਂ ਚਲਾਈ ਸੀ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਕਈ ਵਾਰੀ ਮਦਰਾਸ ਦਾ ਅੱਗੇ ਵੀ ਸ਼ਹਿਰ ਪੁੱਛ ਲੈਂਦੇ ਨੇ ਤਾਂ ਉਹ ਹੈਗਾ ਅਦੀਆਰ ਠੀਕ ਹੈ ਜੀ ਅਦੀਆਰ ਤੋਂ ਚਲਾਈ ਸੀ ਇਹਨਾਂ ਨੇ ਇਹ ਯਾਦ ਰੱਖਿਓ ਬਹੁਤ ਇੰਪੋਰਟੈਂਟ ਫੈਕਟਰ ਨੇ ਤਾਂ ਇਹ ਐਨੀਬਸੈਂਟ ਬਾਰੇ ਆਪਾਂ ਜਾਣਿਆ ਇਹ ਜਿਹੜੇ ਅਖਬਾਰ ਨੇ ਯੰਗ ਇੰਡੀਆ ਤੇ ਹਰੀਜਨ ਇਹ ਮਤਲਬ ਮਹਾਤਮਾ ਗਾਂਧੀ ਦੇ ਅਖਬਾਰ ਨੇ ਬਹੁਤ ਇੰਪੋਰਟੈਂਟ ਨੇ ਠੀਕ ਹੈ ਜੀ ਜਵਾਹਰ ਲਾਲ ਨਹਿਰੂ ਬਾਰੇ ਆਪਾਂ ਸਾਰੇ ਜਾਣਦੇ ਹਾਂ ਆਪਣੇ ਫਰਸਟ ਜਿਹੜੇ ਪ੍ਰਧਾਨ ਮੰਤਰੀ ਸੀਗੇ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਆਨਸਰ ਨੰਬਰ 3 ਆਊਗਾ ਇਹਦਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਬਾਲ ਗੰਗਾਧਰ tilak ਦੇ ਰਾਜਨੀਤਿਕ ਗੁਰੂ ਕੌਣ ਸਨ who is the political guru of bal gangadhar tilak Swami Vivekananda Dayanand Saraswati ਗੋਪਾਲ ਕ੍ਰਿਸ਼ਨ ਗੋਖਲੇ ਜਾਂ ਨੱਥੂ ਰਾਮ ਗੋਟਸੇ ਸਭ ਤੋਂ ਪਹਿਲਾਂ ਆਪਾਂ ਇਹ ਜਿਹੜੇ ਬਾਕੀ ਆਪਸ਼ਨ ਨੇ ਇਹਨਾਂ ਬਾਰੇ ਆਪਾਂ ਜਾਣਦੇ ਆ ਸਭ ਤੋਂ ਪਹਿਲਾਂ ਜਿਹੜਾ ਨੱਥੂ ਰਾਮ ਗੋਟਸੇ ਇਹਦਾ ਤੁਸੀਂ ਨਾਮ ਸੁਣਿਆ ਹੋ ਜਿਨੇ ਕਿ ਆਪਣੇ ਮਹਾਤਮਾ ਗਾਂਧੀ ਦਾ ਅਸੈਸੀਨੇਸ਼ਨ ਕੀਤਾ ਸੀ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ ਠੀਕ ਹੈ ਜੀ ਕਿਹਨੇ ਮਾਰੀ ਸੀ ਨੱਥੂ ਰਾਮ ਗੋਟਸੇ ਨੇ ਇਹ ਯਾਦ ਰੱਖਿਓ ਗੋਪਾਲ ਕ੍ਰਿਸ਼ਨ ਗੋਖਲੇ ਬਾਰੇ ਆਪਾਂ ਜਾਣਦੇ ਆ ਠੀਕ ਹੈ ਜੀ ਇਹ ਕੌਣ ਨੇ ਇਹ ਮਹਾਤਮਾ ਗਾਂਧੀ ਦੇ ਪੋਲੀਟਿਕਲ ਗੁਰੂ ਨੇ ਇਹ ਵੀ ਤੁਸੀਂ ਯਾਦ ਰੱਖਿਓ ਠੀਕ ਹੈ ਜੀ ਤਾਂ ਇਹ ਮਤਲਬ ਜੇ ਆਪਾਂ ਕਾਂਗਰਸ ਬਾਰੇ ਆਪਾਂ ਜਾਣਨਾ ਚਾਹੁੰਦੇ ਆ ਤਾਂ ਕਾਂਗਰਸ ਦੇ ਵਿੱਚ ਜਿਹੜੇ ਮੋਡਰੇਟ ਗਰੁੱਪ ਦੇ ਲੀਡਰ ਨੇਗੇ ਉਹ ਆਪਣੇ ਗੋਪਾਲ ਕ੍ਰਿਸ਼ਨ ਕੋਖਲੇ ਨੇ ਦੋ ਆਪਣੇ ਗਰੁੱਪ ਬਣ ਗਏ ਸੀ 1907 ਦੇ ਵਿੱਚ ਆਪਾਂ ਜਾਣਦੇ ਆ ਕਿ ਸੂਰਤ ਸਪਲਿਟ ਹੋਈ ਸੀ ਠੀਕ ਹੈ ਜੀ ਜਿਹਦੇ ਵਿੱਚ ਕਾਂਗਰਸ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਗਈ ਸੀ ਮੋਡਰੇਟ ਤੇ ਐਕਸਟਰੀਮਿਸਟ ਐਕਸਟਰੀਮਿਸਟ ਸੀਗੇ ਆਪਣੇ ਗਰਮ ਜਿਹੜੇ ਆਪਣੇ ਗਰਮ ਦਲਦਲਦੇ ਸੀਗੇ ਜਿਹੜੇ ਲਾਲ ਬਾਲ ਤੇ ਪਾਲ ਲਾਲਾ ਲਾਜਪਤ ਰਾਏ ਵਿਪਿਨ ਚੰਦਰਪਾਲ ਤੇ ਬਾਲ ਗੰਗਾਧਰ ਤਿਲਕ ਠੀਕ ਹੈ ਜੀ ਇਹ ਮਤਲਬ ਗਰਮ ਦਲ ਦੇ ਆਗੂ ਸੀਗੇ ਤੇ ਗੋਪਾਲ ਕ੍ਰਿਸ਼ਨ ਗੋਖਲੇ ਸੀ ਇਹ ਮੋਡਰੇਟ ਸੀ ਜਾਨਕਿ ਨਰਮ ਦਲ ਦੇ ਆਗੂ ਸੀ ਤੇ ਵੈਸੇ ਇਹ ਮਹਾਤਮਾ ਗਾਂਧੀ ਦੇ ਪੋਲੀਟੀਕਲ ਗੁਰੂ ਸੀ ਇਹ ਤੁਸੀਂ ਯਾਦ ਰੱਖਿਓ ਦਇਆਨੰਦ ਸਰਸਵਤੀ ਬਾਰੇ ਆਪਾਂ ਜਾਣਦੇ ਹਾਂ ਦਇਆਨੰਦ ਸਰਸਵਤੀ ਦਾ ਜਿਹੜਾ origignal name ਹੈ ਉਹ ਕੀ ਹੈਗਾ ਇਹਨੂੰ ਇਹਨਾਂ ਨੂੰ ਮੁੱਲਾ ਸ਼ੰਕਰ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਜੀ ਮੂਲ ਸ਼ੰਕਰ ਵੀ ਕਹਿੰਦੇ ਨੇ ਜਾਂ ਮੁੱਲਾ ਸ਼ੰਕਰ ਵੀ ਕਹਿੰਦੇ ਨੇ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਤਾਂ ਇਹਨਾਂ ਬਾਰੇ ਇੰਪੋਰਟੈਂਟ ਫੈਕਟਰ ਕਿਹੜੇ ਫੈਕਟ ਕਿਹੜੇ ਕਿਹੜੇ ਨੇ ਆਰੀਆ ਸਮਾਜ ਦੀ ਸਥਾਪਨਾ ਇਹਨਾਂ ਨੇ ਕੀਤੀ ਸੀ ਠੀਕ ਹੈ ਜੀ ਆਰੀਆ ਸਮਾਜ ਇਹਨਾਂ ਨੇ ਬਣਾਇਆ ਸੀ ਇਹ ਤੁਸੀਂ ਯਾਦ ਰੱਖਿਓ ਤਾਂ ਗੋ ਬੈਕ ਟੂ ਵੇਦਾਸ ਇਹਨਾਂ ਨੇ ਕਿਹਾ ਸੀ ਵਿਦੋ ਹੈ ਵੇਦਾਂ ਵੱਲ ਵਾਪਸ ਆਓ ਠੀਕ ਹੈ ਜੀ ਤਾਂ ਗੋ ਬੈਕ ਟੂ ਵੇਦਾਸ ਇਹ ਬਹੁਤ ਇੰਪੋਰਟੈਂਟ ਟਰਮਸ ਨੇ ਇਹ ਯਾਦ ਰੱਖਿਓ ਪੁੱਛੀਆਂ ਜਾਂਦੀਆਂ ਨੇ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਆਊਗਾ ਸਵਾਮੀ ਵਿਵੇਕਾਨੰਦ ਠੀਕ ਹੈ ਜੀ ਤਾਂ ਸਵਾਮੀ ਵਿਵੇਕਾਨੰਦ ਜੀ ਜਿਹੜੇ ਆਪਣੇ ਬਾਲ ਗੰਗਾ ਦਾ ਤਿਲਕ ਦੇ ਰਾਜਨੀਤਿਕ ਗੁਰੂ ਸਨ ਠੀਕ ਹੈ ਜੀ ਇਹਨਾਂ ਦਾ オリジナル ਨਾਮ ਕੀ ਹੈ ਨਰਿੰਦਰਨਾਥ ਦੱਤਾ ਨਰੇਂਦਰਨਾਥ দত্ত ਇਹਨਾਂ ਦਾ origignal name ਹੈ ਇਹ ਯਾਦ ਰੱਖਿਓ ਠੀਕ ਹੈ ਜੀ ਇਹਨਾਂ ਨੇ ਕੀ ਚਲਾਇਆ ਸੀ ਇਹਨਾਂ ਨੇ ਚਲਾਇਆ ਸੀ ਰਾਮਕ੍ਰਿਸ਼ਨ ਮਿਸ਼ਨ ਠੀਕ ਹੈ ਜੀ ਰਾਮਕ੍ਰਿਸ਼ਨ ਮਿਸ਼ਨ ਉਹ ਉਹ ਕਿਉਂ ਚਲਾਇਆ ਸੀ ਕਿਉਂਕਿ ਇਹਨਾਂ ਦੇ ਗੁਰੂ ਸੀਗੇ ਰਾਮਕ੍ਰਿਸ਼ਨ ਪਰਮਹੰਸ ਉਹਨਾਂ ਦੇ ਨਾਮ ਤੇ ਇਹਨਾਂ ਨੇ ਆਪਣਾ ਇੱਕ ਨਵਾਂ ਜਿਹੜਾ ਉਹ ਚਲਾਇਆ ਸੀ ਰਾਮਕ੍ਰਿਸ਼ਨ ਮਿਸ਼ਨ ਤੇ ਜਿਹੜਾ ਆਰੀਆ ਸਮਾਜ ਸੀਗਾ ਉਹ ਦਾਯਾਨਨ ਸਰਸਵਤੀ ਜੀ ਸਰਸ ਜਿਹੜੇ ਆਪਣੇ ਦਾਇਆਨੰਦ ਸਰਸਵਤੀ ਜੀ ਇਹਨਾਂ ਨੇ ਚਲਾਇਆ ਸੀ ਠੀਕ ਹੈ ਜੀ ਗੋਪਾਲਕ੍ਰਿਸ਼ਨ ਗੋਖਲੇ ਬਾਰੇ ਵੀ ਆਪਾਂ ਜਾਣ ਲੈ ਆ ਤੇ ਨੱਥੂ ਰਾਮ ਗੋਟ ਦੇ ਬਾਰੇ ਵੀ ਆਪਾਂ ਜਾਣ ਲੈ ਠੀਕ ਹੈ ਜੀ ਤੇ ਤੁਸੀਂ ਸਾਰੇ ਜਿਹੜੇ ਮੈਂ ਬੋਲ ਰਿਹਾ ਹਾਂ ਫੈਕਟ ਇਹ ਵੀ ਤੁਸੀਂ ਨਾਲ-ਨਾਲ ਲਿਖਦੇ ਜਾਓ ਨੋਟ ਕਰਦੇ ਜਾਓ ਤੁਹਾਡੇ ਬਹੁਤ ਕੰਮ ਆਉਣਗੇ ਆਨਸਰ ਨੰਬਰ 1 ਆਊਗਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਬਲੈਕ ਹੋਲ ਦੀ ਘਟਨਾ ਕਦੋਂ ਵਾਪਰੀ ਬਲੈਕ ਹੋਲ 트ਰੇਜਡੀ ਟੁਕ ਪਲੇਸ 1757 1764 1765 ਇਹ 1756 ਤੇ ਸਾਰੇ ਜਿੰਨੇ 1.5 ਦੇ ਵਿੱਚ ਦਿੱਤੀਆਂ ਗਈਆਂ ਸਾਰੀਆਂ ਇੰਪੋਰਟੈਂਟ ਨੇ ਠੀਕ ਹੈ ਜੀ ਇਹਨੂੰ ਸਮਝਣ ਦੇ ਲਈ ਮੈਂ ਤੁਹਾਨੂੰ ਪਹਿਲਾਂ ਬਲੈਕ ਹੋਲ ਦਾ ਮਤਲਬ ਕੀ ਹੈ ਆਪਣਾ ਇੱਕ ਬੰਗਾਲ ਦਾ ਨਵਾਬ ਸੀ ਸਿਰਾਜੁਦਦौला ਠੀਕ ਹੈ ਜੀ ਇਹ ਆਪਣਾ ਇੰਡੀਆ ਦਾ ਮੈਪ ਹੈ ਤਾਂ ਇਹ ਸਾਈਡ ਜਿਹੜਾ ਆਪਣਾ ਬੰਗਾਲ ਪੈਂਦਾ ਹੈ ਠੀਕ ਹੈ ਜੀ ਤਾਂ ਬੰਗਾਲ ਦਾ ਇੱਕ ਜਿਹੜਾ ਨਵਾਬ ਸੀ ਉਹਦਾ ਕੀ ਨਾਮ ਸੀ ਸਿਰਾਜੁਦਦौला ਠੀਕ ਹੈ ਜੀ ਤਾਂ ਸਿਰਾਜੁਦਦौला ਮਤਲਬ ਬੰਗਾਲ ਦਾ ਉਹ ਨਵਾਬ ਸੀ ਉਸ ਟਾਈਮ ਤੇ ਉਹਨਾਂ ਦਾ ਬਹੁਤ ਆਪਾਂ ਕਹਿੰਦੇ ਨੇ ਕਿ ਦਬਦਬਾ ਬਹੁਤ ਜ਼ਿਆਦਾ ਸੀ ਤਾਂ ਜਦੋਂ ਅੰਗਰੇਜ਼ਾਂ ਨੇ ਬੰਗਾਲ ਦਾ ਫੋਰਟੀਫਿਕੇਸ਼ਨ ਹੈ ਜਿਹੜਾ ਉਹ ਲਾਗੂ ਕਰਤਾ ਮਤਲਬ ਇਹਨੂੰ ਬਿਨਾ ਪੁੱਛੇ ਇਹ ਬੰਗਾਲ ਦੀ ਕਿਲੇਬੰਦੀ ਕਰਨ ਲੱਗ ਗਏ ਸੀਗੇ ਜਿਹੜੇ ਅੰਗਰੇਜ਼ ਸੀ ਤਾਂ ਇਹਨੇ ਮਤਲਬ ਅੰਗਰੇਜ਼ਾਂ ਨੂੰ ਜਿਹੜੇ 1.5 200 ਅੰਗਰੇਜ਼ ਸੀਗੇ ਇੱਕ ਕਮਰੇ ਦੇ ਵਿੱਚ ਇਹਨੇ ਕੈਦ ਕਰਤਾ ਸੀ ਗੁੱਸੇ ਦੇ ਵਿੱਚ ਆ ਕੇ ਕਿ ਮੇਰੀ ਬਿਨਾ ਪਰਮਿਸ਼ਨ ਤੋਂ ਇਹ ਜਿਹੜਾ ਉਹ ਬੰਗਾਲ ਦੀ ਫੋਰਟੀਫਿਕੇਸ਼ਨ ਕਰ ਰਹੇ ਨੇ ਠੀਕ ਹੈ ਜੀ ਤਾਂ ਤਾਂ ਇਹਨੇ ਮਤਲਬ ਜਦੋਂ ਇਹ ਬੰਗਾਲ ਦੀ ਫੋਰਟੀਫਿਕੇਸ਼ਨ ਕਰ ਰਹੇ ਸੀ ਤਾਂ ਇਹਨੇ ਅੰਗਰੇਜ਼ਾਂ ਨੂੰ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ 150 ਅੰਗਰੇਜ਼ ਨੂੰ ਕੈਦ ਕਰਤਾ ਸੀ ਜਿਹਦੇ ਵਿੱਚੋਂ 122 ਅੰਗਰੇਜ਼ ਆ ਜਿਹੜੇ ਉਹ ਉਹਨਾਂ ਦੀ ਮੌਤ ਹੋ ਗਈ ਸੀ ਠੀਕ ਹੈ ਜੀ ਦਮ ਘੋਟਣ ਦੇ ਨਾਲ ਤਾਂ ਜਿਹਨੂੰ ਆਪਾਂ ਬਲੈਕ ਹੋਲ 트ਰੇਜੇਡੀ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਜੀ ਬਲੈਕ ਹੋਲ ਦੀ ਘਟਨਾ ਜਿਹਦਾ ਜਿਹੜਾ ਕਾਰਨ ਅੱਗੇ ਜਾ ਕੇ ਕੀ ਬਣਦੀ ਹੈ ਪਲਾਸੀ ਦੀ ਲੜਾਈ ਜਿਹੜੀ ਆਪਣੀ ਪਲਾਸੀ ਦੀ ਲੜਾਈ ਹੋਈ ਹੈ ਉਹਦਾ ਮੇਨ ਕਾਰਨ ਜਿਹੜਾ ਕੌਜ਼ ਆ ਉਹ ਇਹੀ ਮੰਨਿਆ ਜਾਂਦਾ ਹੈ ਕਿ ਬਲੈਕ ਹੋਲ ਦੀ 트ਰੇਜੇਡੀ ਨੇ ਜਿਹੜਾ ਅੰਗਰੇਜ਼ਾਂ ਨੂੰ ਹਲਾ ਕੇ ਰੱਖਤਾ ਸੀ ਠੀਕ ਹੈ ਜੀ ਕਿਉਂਕਿ ਸਰਾਜੂ ਦੌਲਹਾਂ ਨੇ ਇੱਕ ਬਹੁਤ ਆਪਾਂ ਕ ਬਹੁਤ ਗਲਤ ਜਿਹੜਾ ਉਹ ਸਟੈਪ ਚੁੱਕਿਆ ਸੀ ਜਿਹਦੇ ਨਾਲ ਅੰਗਰੇਜ਼ ਇਹਤੇ ਪੜਕ ਗਏ ਸੀ ਠੀਕ ਹੈ ਜੀ ਤਾਂ ਜਿਹਦਾ ਇੱਕ ਰਿਜ਼ਲਟ ਜਿਹੜਾ ਅੱਗੇ ਸਾਹਮਣੇ ਆਇਆ ਉਹ ਆਇਆ ਪਲਾਸੀ ਦੀ ਲੜਾਈ ਦੇ ਰੂਪ ਦੇ ਵਿੱਚ ਤਾਂ ਬਲੈਕ ਹੋਲ ਦੀ ਘਟਨਾ ਜਿਹੜੀ ਹੋਈ ਸੀ ਉਹ ਪਲਾਸੀ ਦੀ ਲੜਾਈ ਤੋਂ 1 ਸਾਲ ਪਹਿਲਾਂ ਹੋਈ ਸੀ 1756 ਦੇ ਵਿੱਚ ਇਹ ਯਾਦ ਰੱਖਿਓ ਬਹੁਤ ਇੰਪੋਰਟੈਂਟ ਹੈ ਤਾਂ ਇਹ 150 ਨੂੰ ਪੁੱਛੀਆਂ ਜਾਣਗੀਆਂ 1757 ਚ ਕੀ ਹੋਇਆ ਸੀ ਬੈਟਲ ਆਫ ਪਲਾਸੀ ਠੀਕ ਹੈ ਜੀ ਤਾਂ ਪਲਾਸੀ ਦੀ ਲੜਾਈ ਜਿਹੜੀ ਹੋਈ ਹੈ ਉਹ ਆਪਣੀ 1757 ਦੇ ਵਿੱਚ ਹੋਈ ਹੈ ਤੁਹਾਨੂੰ ਪਤਾ ਹੈ ਠੀਕ ਹੈ ਜੀ 1764 ਦੇ ਵਿੱਚ ਕੀ ਹੋਈ ਹੈ ਬੈਟਲ ਆਫ ਬਕਸਰ ਇਹ ਵੀ ਤੁਸੀਂ ਯਾਦ ਰੱਖਿਓ ਬਹੁਤ ਪੁੱਛੀ ਜਾਂਦੀ ਹੈ ਬੈਟਲ ਆਫ ਬਕਸਰ ਪਲਾਸੀ ਦੀ ਲੜਾਈ ਕਿਹਦੇ ਵਿੱਚ ਹੋਈ ਹੈ ਸਰਾਜੂਦौला ਤੇ ਰੋਬਰਟ ਕਲਾਈਵ ਇਹ ਵੀ ਇਹ ਯਾਦ ਰੱਖਿਓ ਤੁਸੀਂ ਠੀਕ ਹੈ ਜੀ ਤਾਂ ਰੋਬਰਟ ਕਲਾਈਵ ਸੀ ਦੂਸਰੀ ਸਾਈਡ ਰੋਬਰਟ ਕਲਾਈਵ ਨੇ ਮੀਰ জাফর ਦੇ ਨਾਲ ਜਿਹੜਾ ਕਿ ਸਰਾਜੂਦौला ਦਾ ਕਮਾਂਡਰ ਸੀ ਉਹਦੇ ਨਾਲ ਕੌਨਸਪੀਰੇਸੀ ਰਚ ਲਈ ਕਿ ਜਦੋਂ ਸਾਡੀਆਂ ਜਦੋਂ ਸਾਡੀ ਆਰਮੀ ਮੈਦਾਨ ਦੇ ਵਿੱਚ ਉਤਰੂ ਤਾਂ ਤੂੰ ਆਪਣੀਆਂ ਫੌਜਾਂ ਲੈ ਕੇ ਇੱਥੋਂ ਚੱਲ ਜੀ ਠੀਕ ਹੈ ਜੀ ਜਿਹਦੇ ਨਾਲ ਅਸੀਂ ਸਰਾਜੂਦਦौला ਨੂੰ ਈਜ਼ੀਲੀ ਡੀਫੀਟ ਕਰ ਦਾਂਗੇ ਜੇਕਰ ਉਹ ਨਾ ਜਾਂਦਾ ਤਾਂ ਇਹਨੂੰ ਸਰਾਜੂਦਦौला ਨੂੰ ਡੀਫੀਟ ਕਰਨਾ ਬਹੁਤ ਔਖਾ ਸੀ ਕਿਉਂਕਿ ਬਹੁਤ ਵੱਡੀ ਆਰਮੀ ਸੀ ਇਹਦੇ ਕੋਲ ਤਾਂ ਪਲਾਸੀ ਦੀ ਲੜਾਈ ਦਾ ਕਾਰਨ ਸੀਗਾ ਕਿਉਂਕਿ ਮੀਰ জাফর ਨੇ ਧੋਖਾ ਕੀਤਾ ਸੀ ਬੈਟਲ ਆਫ ਬਕਸਰ ਜਿਹੜਾ ਉਹ ਟ੍ਰਿਪਲ ਐਲਾਈਅንስ ਜਿਹਦੇ ਵਿੱਚ ਸ਼ਾਹ ਆਲਮ 2 ਸ਼ੁਜਾਉਦਦौला ਤੇ ਮੀਰ ਕਾਸਿਮ ਠੀਕ ਹੈ ਜੀ ਸ਼ਾਹ ਆਲਮ 2 ਸ਼ੁਜਾਉਦਦौला ਸ਼ਾ ਆਲਮ 2 ਠੀਕ ਹੈ ਜੀ ਤੁਸੀਂ ਯਾਦ ਰੱਖਿਓ ਇਹ ਬਹੁਤ ਪੁੱਛਿਆ ਜਾਂਦਾ ਹੈ ਸ਼ੁਜਾ ਉਦਦੋਲਾ ਤੇ ਤੀਸਰਾ ਜਿਹੜਾ ਬੰਦਾ ਸੀ ਉਹ ਸੀਗਾ ਮੀਰ ਕਾਸਿਮ ਠੀਕ ਹੈ ਜੀ ਇਹ ਮੀਰ ਕਾਸਿਮ ਕੌਣ ਸੀ ਇਹਦਾ ਦਮਾਦ ਸੀ ਮੀਰ জাফর ਦਾ ਠੀਕ ਹੈ ਜੀ ਤਾਂ ਮੀਰ ਕਾਸਿਮ ਇਹ ਤਿੰਨ ਬੰਦੇ ਸੀਗੇ ਇੱਕ ਪਾਸੇ ਤੇ ਇੱਕ ਇੱਕ ਪਾਸੇ ਜਿਹੜਾ ਅੰਗਰੇਜ਼ ਸੀ ਉਹਦਾ ਕੀ ਨਾਮ ਸੀ ਉਹਦਾ ਨਾਮ ਸੀ ਹੈਕਟਰ ਮਨਰੋ ਜਿਹੜਾ ਆਪਣੀ ਬੈਟਲ ਆਫ ਬਕਸਰ ਹੁੰਦੀ ਹੈ ਠੀਕ ਹੈ ਜੀ ਬੈਟਲ ਆਫ ਬਕਸਰ ਦੇ ਵਿੱਚ ਅੰਗਰੇਜ਼ ਦਾ ਨਾਮ ਤੁਹਾਨੂੰ ਪੁੱਛਿਆ ਜਾਊ ਕਿ ਅੰਗਰੇਜ਼ ਅੰਗਰੇਜ਼ਾਂ ਵਾਲੀ ਸਾਈਡ ਤੋਂ ਕਮਾਂਡਰ ਕੌਣ ਸੀ ਹੈਕਟਰ ਮਨਰੋ ਸੀ ਤੇ ਜਿਹੜੀ ਪਲਾਸੀ ਦੀ ਲੜਾਈ ਆ ਉਹਦੇ ਵਿੱਚ ਕੌਣ ਸੀ ਰੌਬਰਟ ਕਲਾਈਵ ਸੀ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਤਾਂ 1765 ਜਿਹੜਾ ਇਹ ਈਅਰ ਹੈ ਵੀ ਬਹੁਤ ਇੰਪੋਰਟੈਂਟ ਹੈ ਇਹ ਇਹਦੇ ਮਤਲਬ 1765 ਦੇ ਵਿੱਚ ਕੀ ਹੋਇਆ ਜਦੋਂ 64 ਦੀ ਲੜਾਈ ਇਹ ਜਿੱਤ ਗਏ ਸੀ ਮਤਲਬ ਅੰਗਰੇਜ਼ ਤਾਂ ਅਲਾਹਾਬਾਦ ਦੀ ਕਸੰਧੀ ਹੋਈ ਸੀਗੀ ਅਲਾਹਾਬਾਦੀ ਟ੍ਰੀਟੀ ਹੋਈ ਸੀ ਠੀਕ ਹੈ ਜੀ ਜਿਹਦੇ ਵਿੱਚ ਸ਼ਾਹ ਆਲਮ 2 ਤੋਂ ਇਹਨਾਂ ਨੇ ਦਿਵਾਨੀ ਰਾਈਟ ਲੈ ਲਈ ਸੀਗੇ ਦਿਵਾਨੀ ਰਾਈਟ ਮਤਲਬ ਕਿ ਟੈਕਸ ਕਲੈਕਸ਼ਨ ਦਾ ਜਿੰਨਾ ਵੀ ਪੈਸਾ ਹੋਊਗਾ ਉਹ ਅੰਗਰੇਜ਼ਾਂ ਕੋਲੇ ਜਾਊਗਾ ਠੀਕ ਹੈ ਜੀ ਤਾਂ ਅਲਾਹਾਬਾਦੀ ਸੰਧੀ 1765 ਦੇ ਵਿੱਚ ਹੋਈ ਸੀ ਯਾਦ ਰੱਖਿਓ ਤੇ ਸਾਰੀਆਂ ਡੇਟਸ ਤੁਹਾਡੇ ਲਈ ਇੰਪੋਰਟੈਂਟ ਨੇ ਇੱਕ ਕੁਐਸਚਨ ਦੇ ਵਿੱਚ ਆਪਾਂ ਬਹੁਤ ਕੁਝ ਅਟੈਂਪਟ ਹੈ ਜਿਹੜਾ ਉਹ ਕਰ ਲੈ ਆਨਸਰ ਨੰਬਰ 4 ਆਊਗਾ ਪੂਨਾ ਪੈਕਟ ਕਦੋਂ ਹਸਤਾਖਰ ਕੀਤਾ ਗਿਆ ਵੈਨ ਵਾਸ ਦੀ ਪੂਨਾ ਪੈਕਟ ਸਾਈਨਡ ਠੀਕ ਹੈ ਜੀ ਪੂਨਾ ਪੈਕਟ ਇੱਕ ਉਹ ਮਤਲਬ ਕਮਿਊਨਲ ਅਵਾਰਡ ਆਇਆ ਸੀਗਾ ਕਮਿਊਨਲ ਵੋਟ ਮਤਲਬ ਕਿ ਜਿਹੜੇ ਆਪਣੇ ਡਿਪਰੈਸਡ ਕਲਾਸ ਨੇ ਇਹਨਾਂ ਦੀ ਅਲੱਗ ਤੋਂ ਮਤਲਬ ਇਲੈਕਸ਼ਨ ਹੋਣਗੀਆਂ ਤਾਂ ਇਹਦੇ ਵਿੱਚ ਜਿਹੜਾ ਉਹ ਬੀ ਆਰ ਅੰਬੇਦਕਰ ਨੇ ਇਹਨੂੰ ਐਕਸੈਪਟ ਕਰ ਲਿਆ ਸੀ ਕਿ ਹਾਂ ਸਹੀ ਹੈ ਬਟ ਜਿਹੜਾ ਆਪਣਾ ਮਹਾਤਮਾ ਗਾਂਧੀ ਸੀ ਉਹਨੇ ਇਹਨੂੰ ਐਕਸੈਪਟ ਨਹੀਂ ਕੀਤਾ ਸੀ ਜਿਹਦੇ ਕਾਰਨ ਇਹਨਾਂ ਦੇ ਮਤਲਬ ਯਰਵੜਾ ਜੇਲ੍ਹ ਦੇ ਵਿੱਚ ਸੀਗੇ ਆਪਣੇ ਜਿਹੜੇ ਆਪਣੇ ਮਹਾਤਮਾ ਗਾਂਧੀ ਨੇ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਉਸ ਟਾਈਮ ਤੇ ਤਾਂ ਪੂਨਾ ਪੈਕਟ ਜਿਹੜਾ ਸਾਈਨ ਹੋਇਆ ਬੀ ਆਰ ਅੰਬੇਦਕਰ ਤੇ ਮਹਾਤਮਾ ਗਾਂਧੀ ਦੇ ਵਿੱਚ ਹੋਇਆ ਠੀਕ ਹੈ ਜੀ ਮਹਾਤਮਾ ਗਾਂਧੀ ਤੇ ਬੀ ਆਰ ਅੰਬੇਦਕਰ ਦੇ ਵਿੱਚ ਇਹ ਜਿਹੜਾ ਪੈਕਟ ਹੈ ਉਹ ਸਾਈਨ ਹੋਇਆ ਹੈਗਾ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਤਾਂ ਇਹਦਾ ਜਿਹੜਾ ਆਨਸਰ ਆਉ ਆਨਸਰ ਨੰਬਰ 2 ਆਉਗਾ 1932 ਦੇ ਵਿੱਚ ਸਾਈਨ ਹੋਇਆ ਤੇ 1931 ਚ ਕੀ ਹੋਇਆ 1931 ਚ ਹੋਇਆ ਗਾਂਧੀ ਇਰਵਿਨ ਪੈਕਟ ਠੀਕ ਹੈ ਜੀ ਗਾਂਧੀ ਪਲੱਸ ਇਰਵਿਨ ਲਾਰਡ ਇਰਵਿਨ ਠੀਕ ਹੈ ਜੀ ਤਾਂ ਗਾਂਧੀ ਇਰਵਿਨ ਪੈਕਟ 1931 ਦੇ ਵਿੱਚ ਸਾਈਨ ਹੋਇਆ ਇਹ ਵੀ ਯਾਦ ਰੱਖਿਓ ਕਿਉਂਕਿ ਇਸ ਟਾਈਮ ਤੇ ਆਪਣੇ ਰਾਉਂਡ ਟੇਬਲ ਸਬਮਿਟ ਚੱਲ ਰਹੇ ਸੀਗੇ ਠੀਕ ਹੈ ਜੀ 30 31 ਤੇ 32 ਇਹ ਤੁਸੀਂ ਯਾਦ ਰੱਖਿਓ ਬਹੁਤ ਇੰਪੋਰਟੈਂਟ ਨੇ 1919 ਦੇ ਵਿੱਚ ਆਪਾਂ ਜਾਣਦੇ ਹਾਂ ਠੀਕ ਹੈ ਜੀ ਜਦੋਂ ਜਨਰਲ ਡਾਇਰ ਨੇ ਜਿਹੜੀਆਂ ਉਹ ਗੋਲੀਆਂ ਦਾਗੀਆਂ ਨੇ ਹੱਥੇ ਲੋਕਾਂ ਦੇ ਉੱਤੇ ਜਲਿਆਂਵਾਲੇ ਬਾਗ ਦੇ ਵਿੱਚ 1920 ਦੇ ਵਿੱਚ ਆਪਾਂ ਜਾਣਦੇ ਹਾਂ ਕਿ ਕੀ ਹੋਇਆ ਸੀ ਨਾਨ ਕੋਆਪਰੇਸ਼ਨ ਮੂਵਮੈਂਟ ਨਾਨ ਕੋਆਪਰੇਸ਼ਨ ਕਿਉਂ ਹੋਇਆ ਸੀ ਕਿਉਂਕਿ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ ਇਹ ਇਹਦੇ ਮਤਲਬ ਰਿਐਕਸ਼ਨ ਦੇ ਵਿੱਚ ਨਾਨ ਕੋਆਪਰੇਸ਼ਨ ਮੂਵਮੈਂਟ ਚਲਾਇਆ ਗਿਆ ਸੀ ਗਾਂਧੀ ਜੀ ਦੇ ਵੱਲੋਂ ਠੀਕ ਹੈ ਜੀ ਜਿਹੜੀ ਕਿ ਬਹੁਤ ਵੱਡੀ ਇੱਕ ਮਾਸ ਬੇਸ ਮੂਵਮੈਂਟ ਸੀ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਇਹ ਸਾਰੀਆਂ ਡੇਟਸ ਬਹੁਤ ਇੰਪੋਰਟੈਂਟ ਨੇ ਆਨਸਰ ਨੰਬਰ 2 ਆਊਗਾ ਮਹਾਤਮਾ ਗਾਂਧੀ ਤੇ ਬੀ ਆਰ ਅੰਬੇਦਕਰ ਦੇ 1932 ਦੇ ਵਿੱਚ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਅੰਗਰੇਜ਼ੀ ਦਾ ਪਹਿਲਾ ਅਖਬਾਰ ਭਾਰਤ ਵਿੱਚ ਕਿਸ ਨੇ ਸ਼ੁਰੂ ਕੀਤਾ ਹੂ ਸਟਾਰਟਡ ਦੀ ਫਰਸਟ ਇੰਗਲਿਸ਼ ਨਿਊਜ਼ਪੇਪਰ ਇਨ ਇੰਡੀਆ ਜੇਮਸ ਆਗਸਟਸ ਹਿੱਕੀ ਵਿਲੀਅਮ ਹਾਕਿੰਸ ਸਰ ਥਾਮਸ ਰੋ ਰੋਬਰਟ ਕਲਾਈਵ ਤਾਂ ਇਹ ਬੰਦਿਆਂ ਬਾਰੇ ਤਾਂ ਆਪਾਂ ਪੜ੍ਹ ਕੀ ਆਏ ਆ ਠੀਕ ਹੈ ਜੀ ਰੋਬਰਟ ਕਲਾਈਵ ਕੌਣ ਹੈਗਾ ਰੋਬਰਟ ਕਲਾਈਵ ਜਿਹੜਾ ਪਲਾਸੀ ਦੀ ਲੜਾਈ ਦੇ ਵਿੱਚ ਸਰਾਜੂਦੌਲਾ ਦੇ ਨਾਲ ਲੜਿਆ ਸੀ ਉਹ ਹੈ ਸਰ ਥਾਮਸ ਰੋ ਕੌਣ ਹੈ ਜਿਨੂ ਕੇ ਸੂਰਤ ਦੇ ਵਿੱਚ 1613 ਈਸਵੀ ਦੇ ਵਿੱਚ ਫੈਕਟਰੀ ਲਗਾਉਣ ਦੀ ਜਿਹੜੀ ਉਹ ਮਨਜ਼ੂਰੀ ਮਿਲੀ ਸੀ ਕੈਪਟਨ ਹਾਕਿੰਸ ਕੌਣ ਹੈ ਜਿਹੜਾ ਕਿ ਪਹਿਲਾ ਈਸਟ ਇੰਡੀਆ ਕੰਪਨੀ ਵੱਲੋਂ ਭੇਜਿਆ ਗਿਆ ਅੰਗਰੇਜ਼ ਸੀ 1608 ਦੇ ਵਿੱਚ ਜਹਾਂਗੀਰ ਦੇ ਦਰਬਾਰ ਚ ਆਇਆ ਸੀ ਜਿਹਨੂੰ ਮਨਜ਼ੂਰੀ ਨਹੀਂ ਮਿਲੀ ਸੀ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 1 ਆਊਗਾ ਬੰਗਾਲ ਗਜਟ ਇਹ ਅਖਬਾਰ ਦਾ ਨਾਮ ਸੀ ਜੇਮਸ ਆਗਸਟਸ ਹਿੱਕੀ ਦੁਆਰਾ ਇਹਨੂੰ ਮਤਲਬ ਲਾਂਚ ਕੀਤਾ ਗਿਆ ਬਹੁਤ ਇੰਪੋਰਟੈਂਟ ਹੈ ਤੇ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ ਠੀਕ ਹੈ ਜੀ ਆਨਸਰ ਨੰਬਰ 1 ਆਊਗਾ ਤਾਂ ਨੀਚੇ મે ਮੈਂਸ਼ਨ ਕੀਤਾ 1780 ਦੇ ਵਿੱਚ ਇਹਨੇ ਸਟਾਰਟ ਕੀਤਾ ਸੀ ਬੰਗਾਲ ਗੈਜਟ ਇਹ ਮਤਲਬ ਅਖਬਾਰ ਦਾ ਨਾਮ ਸੀ ਇਹ ਯਾਦ ਰੱਖਿਓ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਕੌਣ ਸਨ ਹੂ ਵਾਸ ਦੀ ਫਰਸਟ ਡਿਫੈਂਸ ਮਿਨਿਸਟਰ ਆਫ ਇੰਡੀਆ ਬਲਦੇਵ ਸਿੰਘ ਬੱਲਭਾਈ ਪਟੇਲ ਰਜਿੰਦਰ ਪ੍ਰਸਾਦ ਜਵਾਹਰ ਲਾਲ ਨਹਿਰੂ ਬੱਲਭਾਈ ਪਟੇਲ ਬਾਰੇ ਆਪਾਂ ਜਾਣਦੇ ਹਾਂ ਕਿ ਬੱਲਭਾਈ ਪਟੇਲ ਜੀ ਨੂੰ ਸਰਦਾਰ ਬੱਲਭਾਈ ਪਟੇਲ ਕਿਹਾ ਜਾਂਦਾ ਹੈ ਜਿਹੜੀ ਸਰਦਾਰ ਦੀ ਉਪਾਧੀ ਹੈ ਇਹ ਉਹਨਾਂ ਨੂੰ ਕਿੱਥੋਂ ਮਿਲੀ ਹੈ ਸਰਦਾਰ ਦੀ ਉਪਾਧੀ ਉਹਨਾਂ ਨੂੰ ਮਿਲੀ ਹੈ ਬਾਰਦੋਲੀ ਸत्याग्रह ਦੇ ਵਿੱਚੋਂ ਠੀਕ ਹੈ ਜੀ ਤਾਂ ਇਹ ਯਾਦ ਰੱਖਿਓ ਤੁਸੀਂ ਪੁੱਛਿਆ ਜਾਂਦਾ ਬਹੁਤ ਜ਼ਿਆਦਾ ਠੀਕ ਹੈ ਜੀ ਜਿਹੜਾ ਆਪਣਾ ਬਾਰਦੋਲੀ ਸत्याग्रह ਹੋਇਆ ਸੀ ਇਹਦੇ ਵਿੱਚ ਪਿੰਡ ਦੀਆਂ ਔਰਤਾਂ ਦੇ ਦੁਆਰਾ ਸਰਦਾਰ ਦੀ ਉਪਾਧੀ ਦਿੱਤੀ ਗਈ ਸੀ ਆਪਣੇ ਬੱਲਭਾਈ ਪਟੇਲ ਜੀ ਨੂੰ ਕਈ ਵਾਰ ਹੀ ਪਿੰਡ ਦੀਆਂ ਔਰਤਾਂ ਜਾਂ ਬਾਰ ਮਤਲਬ ਇਹ ਨਹੀਂ ਆਉਂਦਾ ਕਿ ਔਮਨਜ਼ ਦੁਆਰਾ ਦਿੱਤੀ ਗਈ ਸੀ ਕਈ ਵਾਰੀ ਮਹਾਤਮਾ ਗਾਂਧੀ অপਸ਼ਨ ਦੇ ਵਿੱਚ ਆ ਜਾਂਦਾ ਹੈ ਤਾਂ ਮਹਾਤਮਾ ਗਾਂਧੀ ਉੱਤੇ ਟਿੱਕ ਲਗਾਇਓ ਉਹ ਸਹੀ ਹੋਊਗਾ ਠੀਕ ਹੈ ਜੀ ਤਾਂ ਸਰਦਾਰ ਵੱਲੋਭਾਈ ਪਟੇਲ ਇਹਨਾਂ ਨੂੰ ਬਾਰਦੋਲੀ ਤੋਂ ਮਿਲਿਆ ਸੀ ਤਾਂ ਰਜਿੰਦਰ ਪ੍ਰਸਾਦ ਬਾਰੇ ਜਾਣਦੇ ਹੈ ਕਿ ਆਪਣੇ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਠੀਕ ਹੈ ਜੀ ਤੇ ਕਨਸਟੀਟਿਊਸ਼ਨਲ ਅਸੈਂਬਲੀ ਸੀ ਜਿਹੜੀ ਆਪਣੀ ਉਹਦੇ ਵੀ ਪਰਮਾਨੈਂਟ ਪ੍ਰੈਜ਼ੀਡੈਂਟ ਜਿਹੜੇ ਬਣਾਏ ਗਏ ਸੀ ਰਜਿੰਦਰ ਪ੍ਰਸਾਦ ਸੀਗੇ ਠੀਕ ਹੈ ਜੀ ਤਾਂ ਇਹ ਵੀ ਤੁਸੀਂ ਯਾਦ ਰੱਖਿਓ ਤੇ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰ ਪਹਿਲੇ ਰੱਖਿਆ ਮੰਤਰੀ ਸੀਗੇ ਆਪਣੇ ਬਲਦੇਵ ਸਿੰਘ ਇਹ ਯਾਦ ਰੱਖਿਓ ਬਹੁਤ ਇੰਪੋਰਟੈਂਟ ਹੈ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਭਾਰਤ ਦਾ ਦੂਜਾ ਵੱਡਾ ਕਾਨੂੰਨ ਮੰਤਰੀ ਕੌਣ ਹੈ ਹੂ ਇਜ਼ ਦੀ ਸੈਕੰਡ ਲਾਅ ਆਫੀਸਰ ਆਫ ਇੰਡੀਆ ਤਾਂ ਫਰਸਟ ਲਾਅ ਆਫੀਸਰ ਤਾਂ ਆਪਾਂ ਨੂੰ ਹਰ ਇੱਕ ਨੂੰ ਹੀ ਪਤਾ ਹੁੰਦਾ ਬਟ ਸੈਕੰਡ ਲਾਅ ਬਾਰੇ ਪੁੱਛਦੇ ਆ ਠੀਕ ਹੈ ਜੀ ਬਹੁਤ ਇੰਪੋਰਟੈਂਟ ਹੈ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ ਇਹਦੇ ਵਿੱਚ ਜਿਹੜੇ ਆਪਣੇ ਤੁਹਾਡੇ ਸਟ੍ਰੈਟੈਜੀ ਕੀ ਦੇ ਕੁਐਸਚਨ ਮਿਲਣਗੇ ਤੁਹਾਡੇ ਮੋਡਰੇਟ ਲੈਵਲ ਦੇ ਮਿਲਣਗੇ ਜਿਹੜੇ ਤੁਹਾਨੂੰ ਅਕਸਰ ਹੀ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਜਿੰਨੇ ਵੀ ਆਪਣੇ ਸੈਸ਼ਨ ਇਸ ਤੋਂ ਪ ਅਪਲੋਡ ਹੋਏ ਨੇ ਇੱਕ ਵੀ ਸੈਸ਼ਨ ਤੁਸੀਂ ਮਿਸ ਨਾ ਕਰਿਓ ਤੁਹਾਨੂੰ ਬਹੁਤ ਕੰਮ ਦੇਣਗੇ ਇਹਦੇ ਵਿੱਚੋਂ ਡਾਇਰੈਕਟ ਕੁਸ਼ਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਤਾਂ ਭਾਰਤ ਦਾ ਜਿਹੜਾ ਦੂਸਰਾ ਵੱਡਾ ਕਾਨੂੰਨ ਮੰਤਰੀ ਹੁੰਦਾ ਉਹ ਹੁੰਦਾ ਆਪਣਾ ਸੋਲੀਸਟਰ ਜਨਰਲ ਆਫ ਇੰਡੀਆ ਠੀਕ ਹੈ ਜੀ ਇੱਕ ਤਾਂ ਜਿਹੜਾ ਆਪਣਾ ਪਹਿਲਾ ਹੁੰਦਾ ਉਹ ਕੌਣ ਹੁੰਦਾ ਉਹ ਆਪਣਾ ਹੁੰਦਾ ਅਟਾਰਨੀ ਜਨਰਲ ਜਿਹੜਾ ਕਿ ਆਰਟੀਕਲ 76 ਦੇ ਵਿੱਚ ਦਿੱਤਾ ਹੋਇਆ ਠੀਕ ਹੈ ਜੀ ਅਟਾਰਨੀ ਜਨਰਲ ਆਫ ਇੰਡੀਆ ਇਹਦਾ ਇਹ ਅਸਿਸਟੈਂਟ ਹੁੰਦਾ ਸੋਲੀਸਟਰ ਜਨਰਲ ਇਹ ਯਾਦ ਰੱਖਿਓ ਬਹੁਤ ਇੰਪੋਰਟੈਂਟ ਹੈ ਪੁੱਛਿਆ ਜਾਊਗਾ ਤਾਂ ਦੂਸਰਾ ਵੱਡਾ ਜਿਹੜਾ ਭਾਰਤ ਕੈਗ ਦਾ ਜਿਹੜਾ ਆਪਣਾ ਆਰਟੀਕਲ ਹੈ ਉਹ ਹੈ 148 ਠੀਕ ਹੈ ਜੀ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਨੂੰ ਪਬਲਿਕ ਪਰਸ ਦੇ ਨਾਮ ਨਾਲ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਪੀਡੀਐਫ ਦਾ ਪੂਰਾ ਨਾਮ ਕੀ ਹੈ ਵਾਟ ਇਜ਼ ਦੀ ਫੁੱਲ ਫਾਰਮ ਆਫ ਪੀਡੀਐਫ ਤਾਂ ਇਹ ਜਿਹੜਾ ਆਪਣਾ ਸੈਸ਼ਨ ਅ ਦੇ ਵਿੱਚ ਤੁਹਾਨੂੰ ਹਰ ਇੱਕ ਟਾਪਿਕ ਦੇ ਵਿੱਚੋਂ ਜਿਹੜਾ ਇੰਪੋਰਟੈਂਟ ਕੁਐਸਚਨ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਤਾਂ ਇੱਕ ਸੈਸ਼ਨ ਦੇ ਵਿੱਚ ਹੀ ਆਪਾਂ ਤੁਹਾਡੀ ਸਾਰੀ ਸਟ੍ਰੈਟਿਕ ਜੀਕੇ ਕਵਰ ਕਰਵਾਉਣ ਦਾ ਮਤਲਬ ਆਪਾਂ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ ਤਾਂ ਤੁਸੀਂ ਸਾਰਾ ਸੈਸ਼ਨ ਐਂਡ ਤੱਕ ਦੇਖਿਆ ਕਰੋ ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 1 ਆਊਗਾ ਪੋਰਟੇਬਲ ਡਾਕੂਮੈਂਟ ਫਾਰਮੈਟ ਠੀਕ ਹੈ ਜੀ ਪੋਰਟੇਬਲ ਡਾਕੂਮੈਂਟ ਫਾਰਮੈਟ ਇਹਨੂੰ ਯਾਦ ਰੱਖ ਲਓ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਬੀ ਆਈਓਐਸ ਦਾ ਪੂਰਾ ਨਾਮ ਕੀ ਹੈ ਇਨੂੰ ਬਾਇਓਸ ਵੀ ਕਿਹਾ ਜਾਂਦਾ ਠੀਕ ਹੈ ਜੀ ਬਾਇਓਸ ਸੈਟਿੰਗ ਕਿਹਾ ਜਾਂਦਾ ਇਹ ਕਾਦੇ ਵਿੱਚ ਹੁੰਦੇ ਨੇ ਇਹ ਰੋਮ ਦੇ ਵਿੱਚ ਹੁੰਦੇ ਨੇ ਰੋਮ ਕੀ ਹੈ ਆਪਣੀ ਇਹ ਇੱਕ ਆਪਣੀ ਪ੍ਰਾਇਮਰੀ ਮੈਮਰੀ ਹੈ ਰੀਡ ਓਨਲੀ ਮੈਮਰੀ ਨੂੰ ਕਿਹਾ ਜਾਂਦਾ ਠੀਕ ਹੈ ਜੀ ਤਾਂ ਇਹਦੇ ਵਿੱਚ ਇਹ ਸੈਟਿੰਗਸ ਹੁੰਦੀਆਂ ਨੇ ਜਦੋਂ ਆਪਣਾ ਕੰਪਿਊਟਰ ਔਨ ਹੁੰਦਾ ਠੀਕ ਹੈ ਜੀ ਜਿੰਨੀਆਂ ਵੀ ਸੈਟਿੰਗਸ ਪਹਿਲਾਂ ਸਟਾਰਟ ਹੁੰਦੀਆਂ ਉਹਨੂੰ ਬਾਇਓਸ ਸੈਟਿੰਗ ਕਹਿੰਦੇ ਨੇ ਤਾਂ ਇਹ ਰੋਮ ਦੇ ਵਿੱਚ ਹੁੰਦੀਆਂ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਹੋਗਾ ਬੇਸਿਕ ਇਨਪੁਟ ਆਉਟਪੁਟ ਸਿਸਟਮ ਠੀਕ ਹੈ ਜੀ ਇਹਨੂੰ ਚੰਗੇ ਤਰੀਕੇ ਨਾਲ ਯਾਦ ਕਰ ਲਿਓ ਬਹੁਤ ਵਾਰ ਇਹ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਸੰਵਿਧਾਨਿਕ ਸਭਾ ਦਾ ਪਹਿਲਾ ਸੈਸ਼ਨ ਕਿੱਥੇ ਹੋਇਆ ਏਅਰ ਇਜ਼ ਦੀ ਫਰਸਟ ਸੈਸ਼ਨ ਆਫ ਕਨਸਟੀਟਿਊਸ਼ਨਲ ਅਸੈਂਬਲੀ ਹੈਲਡ ਇਹ ਬਹੁਤ ਡੀਪਲੀ ਕੁਐਸਚਨ ਹੈ ਤੇ ਬਹੁਤ ਮੋਡਰੇਟ ਕੁਐਸਚਨ ਹੈ ਤੁਹਾਨੂੰ ਪੁੱਛਿਆ ਜਾਊਗਾ ਤਾਂ ਇਹ ਜਿਹੜਾ ਆਨਸਰ ਹੈ ਆਨਸਰ ਨੰਬਰ 1 ਹੋਊਗਾ ਨਵੀਂ ਦਿੱਲੀ ਦੇ ਵਿੱਚ ਠੀਕ ਹੈ ਜੀ ਨਵੀਂ ਦਿੱਲੀ ਦੇ ਵਿੱਚ ਇਹ ਸੈਸ਼ਨ ਹੋਇਆ ਸੀ ਸੰਵਿਧਾਨਿਕ ਸਭਾ ਦਾ ਜਿਹੜਾ ਪਹਿਲਾ ਸੈਸ਼ਨ ਆਪਣਾ ਹੋਇਆ ਸੀ ਜਦੋਂ ਆਪਣਾ ਸੰਵਿਧਾਨ ਲਿਖਿਆ ਜਾ ਰਿਹਾ ਸੀ ਆਨਸਰ ਨੰਬਰ 2 ਹੋਊਗਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਵਿਸ਼ਵ ਦਾ ਸਭ ਤੋਂ ਲੰਬਾ ਸੰਵਿਧਾਨ ਕਿਹੜੇ ਦੇਸ਼ ਦਾ ਹੈ ਵਿਚ ਕੰਟਰੀ ਹੈਜ਼ ਦੀ ਲੋਂਗੇਸਟ ਕਨਸਟੀਟਿਊਸ਼ਨ ਇਨ ਦੀ ਵਰਲਡ ਯੂਐਸਏ ਕੈਨੇਡਾ ਇੰਡੀਆ ਜਾਂ ਆਸਟ੍ਰੇਲੀਆ ਜੇਕਰ ਤੁਹਾਨੂੰ ਇਹ ਕੁਐਸਚਨ ਆਵੇ ਕਿ ਸਭ ਤੋਂ ਪਹਿਲਾਂ ਸੰਵਿਧਾਨ ਕਿਹੜੀ ਕੰਟਰੀ ਨੇ ਲਿਖਿਆ ਤਾਂ ਉਹ ਲਿਖਿਆ ਆਪਣਾ ਯੂਐਸਏ ਨੇ ਠੀਕ ਹੈ ਜੀ ਕਿਉਂਕਿ ਆਪਾਂ ਬਹੁਤ ਕੁਝ ਇੱਥੋਂ ਵੀ ਲੈ ਆ ਮਤਲਬ ਜਿਵੇਂ ਪ੍ਰੀਐਮਬਲ ਹੋ ਗਿਆ ਠੀਕ ਹੈ ਜੀ ਵੀ ਦਾ ਪੀਪਲ ਜਿਹੜੇ ਸ਼ਬਦ ਨੇ ਉਹ ਵੀ ਆਪਾਂ ਯੂਐਸਏ ਤੋਂ ਲੈਏ ਨੇ ਪ੍ਰੀਐਮਬਲ ਦੇ ਵਿੱਚ ਤਾਂ ਜੇ ਸਭ ਤੋਂ ਲੋਂਗੇਸਟ ਪੁੱਛਣਗੇ ਤਾਂ ਉਹ ਹੈ ਆਪਣੇ ਇੰਡੀਆ ਦਾ ਆਨਸਰ ਨ ਤਿੰਨ ਆਊਗਾ ਠੀਕ ਹੈ ਜੀ ਇੰਡੀਆ ਦਾ ਸੰਵਿਧਾਨ ਸਭ ਤੋਂ ਲੌਂਗੇਸਟ ਹੈ ਇਹ ਤੁਸੀਂ ਯਾਦ ਰੱਖਿਓ ਠੀਕ ਹੈ ਜੀ ਤਾਂ ਆਨਸਰ ਨੰਬਰ 3 ਆਊਗਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆਪਣੀ ਰਿਪੋਰਟ ਕਿਹਦੇ ਸਾਹਮਣੇ ਪੇਸ਼ ਕਰਦਾ ਟੂ ਹੂਮ ਦੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਪ੍ਰੈਜ਼ੈਂਟ ਇਟਸ ਰਿਪੋਰਟ ਯੂਨੀਅਨ ਪਬਲਿਕ ਜਿਹੜਾ ਸਰਵਿਸ ਕਮਿਸ਼ਨ ਹੈ ਇਹ ਵੀ ਆਪਣੀ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਇਹ ਯਾਦ ਰੱਖਿਓ ਇਹ ਪੁੱਛਿਆ ਜਾਂਦਾ ਠੀਕ ਹੈ ਜੀ ਜਿਹਨੂੰ ਆਪਾਂ ਕੀ ਕਹਿੰਦੇ ਆ ਯੂਪੀਐਸਸੀ ਕਹਿੰਦੇ ਆ ਜਿਹੜਾ ਆਪਾਂ ਯੂਪੀਐਸਸੀ ਦੇ ਪੇਪਰ ਦਿੰਨੇ ਆ ਠੀਕ ਹੈ ਜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਇੱਕ ਕਨਸਟੀਟਿਊਸ਼ਨਲ ਬੋਡੀ ਹੈ ਇਹ ਯਾਦ ਰੱਖਿਓ ਤਾਂ ਇਹ ਕਿਹਦੇ ਸਾਹਮਣੇ ਆਪਣੀ ਰਿਪੋਰਟ ਪੇਸ਼ ਕਰਦਾ ਹੈ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 2 ਆਊਗਾ ਪ੍ਰੈਜ਼ੀਡੈਂਟ ਦੇ ਸਾਹਮਣੇ ਇਹ ਆਪਣੀ ਰਿਪੋਰਟ ਪੇਸ਼ ਕਰਦਾ ਹੈ ਠੀਕ ਹੈ ਜੀ ਤਾਂ ਬਹੁਤ ਇੰਪੋਰਟੈਂਟ ਹੈ ਆਨਸਰ ਨੰਬਰ 2 ਆਊਗਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਕਿਹੜੀ ਨਦੀ ਨੂੰ ਦੱਖਣ ਗੰਗਾ ਕਿਹਾ ਜਾਂਦਾ ਹੈ ਵਿਚ ਰਿਵਰ ਇਜ਼ ਕਾਲਡ ਦੱਖਣ ਗੰਗਾ ਨਰਮਦਾ ਗੋਦਾਵਰੀ ਕ੍ਰਿਸ਼ਨਾ ਜਾਂ ਕਾਵੇਰੀ ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਸੀਂ ਖੁਦ ਵੀ ਇਹ ਕੁਐਸਚਨ ਦੇਖਿਆ ਹੋਊਗਾ ਕਈ ਤਾਂ ਦੱਖਣ ਗੰਗਾ ਕਿਹਨੂੰ ਕਿਹਾ ਜਾਂਦਾ ਹੈ ਠੀਕ ਹੈ ਜੀ ਇਹ ਵੀ ਤੁਸੀਂ ਯਾਦ ਰੱਖਿਓ ਇੱਕ ਕੁਐਸਚਨ ਤੁਹਾਨੂੰ ਆਉਣ ਹੁੰਦਾ ਰਿਫਟ ਵੈਲੀ ਕਿਹੜੀ ਨਦੀ ਬਣਾਉਂਦੀ ਹੈ ਤਾਂ ਉਹ ਬਣਾਉਂਦੀ ਆਪਣੀ ਨਰਮਦਾ ਠੀਕ ਹੈ ਜੀ ਇਹ ਬਹੁਤ ਇੰਪੋਰਟੈਂਟ ਤਾਂ ਜਿਹੜੀ ਕ੍ਰਿਸ਼ਨਾ ਕਾਵੇਰੀ ਇਹ ਨਦੀਆਂ ਨੇ ਇਹ ਮਤਲਬ ਇਹ ਵੈਸਟ ਫਲੋਇੰਗ ਰਿਵਰ ਨੇ ਇਹ ਯਾਦ ਰੱਖਿਓ ਠੀਕ ਹੈ ਜੀ ਇੱਕ ਆਪਣੀਆਂ ਈਸਟ ਫਲੋਇੰਗ ਹੁੰਦੀਆਂ ਇੱਕ ਆਪਣੀਆਂ ਵੈਸਟ ਫਲੋਇੰਗ ਹੁੰਦੀਆਂ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਹੈ ਉਹ ਗੋਦਾਵਰੀ ਗੋਦਾਵਰੀ ਨੂੰ ਦੱਖਣ ਗੰਗਾ ਕਿਹਾ ਜਾਂਦਾ ਹੈ ਕਿੱਥੇ ਵਹਿੰਦੀ ਹੈ ਇਹ ਮਹਾਰਾਸ਼ਟਰ ਦੇ ਵਿੱਚ ਇਹ ਯਾਦ ਰੱਖਿਓ ਠੀਕ ਹੈ ਜੀ ਪੁੱਛਿਆ ਜਾਂਦਾ ਹੈ ਕਈ ਵਾਰੀ ਸਟੇਟ ਦਾ ਨਾਮ ਵੀ ਪੁੱਛ ਲੈਂਦੇ ਨੇ ਮਹਾਰਾਸ਼ਟਰ ਠੀਕ ਹੈ ਜੀ ਆਨਸਰ ਨੰਬਰ 2 ਹੈ ਉਹ ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਹਰਸ਼ਵਰਧਨ ਨੂੰ ਕਿਸ ਨੇ ਹਰਾਇਆ ਹਰਸ਼ਵਰਧਨ ਵਾਸ ਡੀਫੀਟਡ ਬਾਈ ਹੂ ਚੰਦਰਗੁਪਤ 1 ਪੁਲਾਕੇਸ਼ਨ 2 ਸਮੁੰਦਰਗੁਪਤ ਜਾਂ ਅਕਬਰ ਤਾਂ ਇਹ ਐਂਸ਼ੀਅੰਟ ਹਿਸਟਰੀ ਦੇ ਵਿੱਚੋਂ ਹੈ ਠੀਕ ਹੈ ਜੀ ਕੁਐਸਚਨ ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਤਾਂ ਕਰਕੇ ਮੈਂ ਇਹ ਕੁਐਸਚਨ ਰੱਖਿਆ ਪੁਲਾਕੇਸ਼ਨ 2 ਜਿਹੜਾ ਕਿਹੜੇ ਵੰਸ਼ ਦਾ ਰਾਜਾ ਸੀ ਇਹ ਚਾਲੂਕੇ ਵੰਸ਼ ਦਾ ਰਾਜਾ ਸੀ ਠੀਕ ਹੈ ਜੀ ਚਾਲੂਕੇ ਵੰਸ਼ ਦਾ ਰਾਜਾ ਸੀ ਇਹ ਜਿਹੜਾ ਪੁਲਾਕੇਸ਼ਨ 2 ਸੀ ਇਹਨੇ ਹਰਾਇਆ ਸੀ ਹਰਸ਼ਵਰਧਨ ਇਹ ਯਾਦ ਰੱਖਿਓ ਬਹੁਤ ਇੰਪੋਰਟੈਂਟ ਹੈ ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਤਾਂ ਆਪਾਂ ਇੱਥੇ ਐਂਡ ਕਰਦੇ ਆਂ ਠੀਕ ਹੈ ਜੀ ਅੱਜ ਆਪਾਂ ਇਹਦੇ ਵਿੱਚ 15 ਕੁਐਸਚਨ ਡਿਸਕਸ ਕੀਤੇ ਨੇ ਤੇ ਇਹਦੇ ਨਾਲ ਜਿੰਨੇ ਵੀ ਰਿਲੇਟਡ ਫੈਕਟਰ ਸੀ ਉਹ ਵੀ ਆਪਾਂ ਡਿਸਕਸ ਕੀਤੇ ਨੇ ਤਾਂ ਸਾਰੇ ਇਹ ਤੁਸੀਂ ਨੋਟ ਜ਼ਰੂਰ ਕਰ ਲਿਓ ਨੋਟਸ ਆਪਣੇ ਖੁਦ ਬਣਾਓ ਮੈਂ ਵਾਰ-ਵਾਰ ਤੁਹਾਨੂੰ ਰეკਮੈਂਡ ਕਰਦਾ ਜੇਕਰ ਤੁਸੀਂ ਖੁਦ ਨੋਟਸ ਬਣਾਓਗੇ ਤਾਂ ਤੁਹਾਡਾ ਜਿਹੜੀ ਤਿਆਰੀ ਹੈ ਉਹਦਾ ਲੈਵਲ ਇੱਕ ਅਲੱਗ ਲੈਵਲ ਦਾ ਤੁਹਾਡਾ ਵਧੀਆ ਲੈਵਲ ਹੋਊਗਾ ਠੀਕ ਹੈ ਜੀ ਤਾਂ ਖੁਦ ਨੋਟਸ ਤਿਆਰ ਕਰਨ ਦੇ ਨਾਲ ਤੁਹਾਡੇ ਨੋਟਸ ਤਿਆਰ ਕਰਦੇ ਕਰਦੇ ਹੀ ਤੁਹਾਡੇ ਜਿਹੜੇ ਅੱਧੇ ਕੁਐਸਚਨ ਆ ਹੋ ਯਾਦ ਹੋ ਜਾਣਗੇ ਠੀਕ ਹੈ ਜੀ ਤਾਂ ਨ ਵੀਡੀਓ ਨੂੰ ਲਗਾਤਾਰ ਦੇਖੋ ਠੀਕ ਹੈ ਜੀ ਦੋ ਤਿੰਨ ਵਾਰ ਵੀਡੀਓ ਨੂੰ ਤੁਸੀਂ ਇਹਨੂੰ ਰਿਵਾਈਜ਼ ਕਰਿਓ ਤਾਂ ਕਿ ਤੁਹਾਡਾ ਵਧੀਆ ਮਤਲਬ ਤਿਆਰੀ ਹੋਵੇ ਤਾਂ ਜੇਕਰ ਵੀਡੀਓ ਚੰਗੇ ਲੱਗਦੇ ਨੇ ਨੂੰ ਲਾਈਕ ਕਰ ਦਿਆ ਕਰੋਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਆਪਣੀਆਂ ਕਿਵੇਂ ਲੱਗਦੀਆਂ ਨੇ ਠੀਕ ਹੈ ਜੀ ਕੀ ਕੀ ਤੁਹਾਨੂੰ ਇਹਦੇ ਵਿੱਚ ਕੰਟੈਂਟ ਹੋਰ ਤੁਹਾਨੂੰ ਚਾਹੀਦਾ ਠੀਕ ਹੈ ਜੀ ਉਹ ਆਪਾਂ ਤੁਹਾਡੇ ਲਈ ਪ੍ਰੋਵਾਈਡ ਕਰਾਂਗੇ ਤਾਂ ਅੱਜ ਦਾ ਜਿਹੜਾ ਆਪਾਂ ਸੈਸ਼ਨ ਹੈ ਇਹਦਾ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਤਾਂ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ